बठिंडा दी ग्रीन सिटी दी अपार सफलता तो बाद हुन पेश है कन्हैयाज ग्रीन सिटी, जिथे सिक्योरिटी दे पुख्ता प्रबंध, खुलियां सड़कां, हरा भरा वातावरण, बिजली दियां अंडरग्राउंड तारां अते खूबसूरत फुल पौधे, लैंडस्केपिंग अते निर्माण कार्य चल रहे ने तेजी नाल। इस तो पहला कि सारे प्लाट बुक हो जान, संपर्क करो 8556002064 अते 85560021। आम आदमी पार्टी वालों बठिंडा दे अंबेदकर पार्क च शनिवार नूं धरना दिता गया ते साधु सिंह धर्मसोत दा पुतला फूकिया गया। गलबात करदे होए बठिंडा देहाती दी विधायिका रुपिंदर कौर रूबी ने कहा कि पंजाब सरकार वालों ऐसी विद्यार्थियों नाल धोखा किया जा रहा है ते उन्हां दी स्कॉलरशिप दा पैसा हाले तक नहीं भेजा गया, जिस कारण सिक्ख्या अदारियां वालों उन्हां बच्चियां नूं रोल नंबर देण तों इनकार कर दिता गया ते उन्हां दा भविख खतरे च है। उन्हां अगे कहा कि पंजाब सरकार बच्चियां नूं घर घर नौकरी देण दे अपने वादे तों भज रही है ते पढ़े लिखे विद्यार्थी डिग्रियां लैके भरते हन पर उन्हां नूं कोई नौकरी नहीं दिती जा रही, जिस कारण लायक विद्यार्थी बाहरले मुल्कां नूं जा रहे ने ते इह देश दा बहुत वड्डा नुकसान है। जिहड़ा पंजाब सरकार ने दलित विद्यार्थी दे नाल धोखा दिता है ते उन्हां दा वजीफा नहीं दिता, जिहड़ा कि 2017 तो ही पिया हले तक, उहदे खिलाफ असीं अज रोस मुशारा कीता, कल जलंधर दे विच कीता सीगा। ਇਹ ਜਿਹੜੀ ਕਾਂਗਰਸ ਸਰਕਾਰ ਹੈ, ਪਹਿਲਾਂ ਜਦੋਂ ਇਹ ਵਿਰੋਧੀ ਧਿਰ ਸੀ ਉਦੋਂ ਅਕਾਲੀ ਦਲ ਨੂੰ ਕਹਿੰਦੀ ਹੁੰਦੀ ਸੀ ਕਿ ਇਹਨਾਂ ਨੇ ਸਾਡੇ ਦਲਿਤ ਭਾਈਚਾਰੇ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਦਾ ਵਜ਼ੀਫਾ ਖਾ ਲਿਆ, 500 ਕਰੋੜ ਦਾ ਘਪਲਾ ਕੀਤਾ ਕਹਿੰਦੇ ਅਕਾਲੀ ਦਲ ਨੇ, ਤੇ ਤੁਸੀਂ ਉਹਨਾਂ ਦੇ ਤਾਂ ਕੀ ਕਾਰਵਾਈ ਕਰਾਉਣੀ ਸੀ? ਅੱਜ ਤੁਹਾਡੀ ਸਰਕਾਰ ਆ ਗਈ, ਤੁਹਾਡੇ ਮੰਤਰੀ ਖੁਦ ਸਾਧੂ ਸਿੰਘ ਧਰਮਸੋਤ ਜੀ ਦੇ ਜਿੰਨੇ ਵੀ ਤੁਹਾਡੇ ਮੰਤਰੀ ਨੇ ਖੁਦ ਘਪਲੇ ਕਰ ਰਹੇ ਨੇ ਵੱਖ ਵੱਖ ਵਿਭਾਗਾਂ ਦੇ ਵਿੱਚ, ਤੁਸੀਂ ਸਾਡੇ ਦਲਿਤ ਭਾਈਚਾਰੇ ਦੇ ਲੋਕਾਂ ਦਾ ਵਜ਼ੀਫਾ ਖਾ ਲਿਆ। ਘੱਟੋ ਘੱਟ 2017-18 ਦਾ 567 ਕਰੋੜ ਪਿਆ, 18-19 ਦਾ 437 ਕਰੋੜ ਪਿਆ ਤੇ 19-20 ਦਾ 437 ਕਰੋੜ ਪਿਆ ਬਕਾਇਆ ਪਿਆ ਪੰਜਾਬ ਸਰਕਾਰ ਦਾ। ਪੰਜਾਬ ਸਰਕਾਰ ਭਾਨੇ ਮਾਰਦੀ ਹੈ ਕਿ ਇਹ ਤਾਂ ਜੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਨੇ, ਮੈਂ ਇਹ ਵਿਧਾਨ ਸਭਾ ਵੀ ਮੁੱਦਾ ਚੁੱਕਿਆ ਸੀ ਵੀ ਕੇਂਦਰ ਸਰਕਾਰ ਨੇ 2017-18 'ਚ ਇਹ ਕਹਿਤਾ ਸੀਗਾ ਕਿ ਜਿੰਨੀ ਵੀ ਦਲਿਤ ਵਿਦਿਆਰਥੀਆਂ ਨੂੰ ਵਜ਼ੀਫਾ ਦੇਣਾ ਹੈ ਇਹਦੀ ਸਾਰੀ ਅਦਾਇਗੀ ਪੰਜਾਬ ਸਰਕਾਰ ਹੀ ਕਰੇਗੀ, ਤਾਂ ਫਿਰ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਇਹ? ਕਿਉਂ ਸਾਡੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਧੋਖਾ ਦਿੱਤਾ ਇਹਨਾਂ ਨੇ? ਕਿਉਂ ਉਹਨਾਂ ਨੂੰ ਵਾਂਝੇ ਰੱਖਿਆ ਕਿ ਇਹ ਚਾਹੁੰਦੇ ਨਹੀਂ ਦਲਿਤ ਭਾਈਚਾਰੇ ਦੇ ਲੋਕ ਪੜ੍ਹ ਲਿਖ ਜਾਣ, ਅੱਗੇ ਵਧਣ? ਫਿਰ ਆਹ ਕੱਲ੍ਹ ਪਰਸੋਂ ਦੀ ਗੱਲ ਹੈ, ਈ ਟੀ ਓ ਜਿਹੜਾ ਪੰਜਾਬ ਸਰਕਾਰ ਕੋਲ, ਕੈਪਟਨ ਅਮਰਿੰਦਰ ਸਿੰਘ ਜੀ ਕੋਲ ਜਿਹੜਾ ਡਿਪਾਰਟਮੈਂਟ ਹੈ ਕਰ ਅਤੇ ਆਬਕਾਰੀ ਵਿਭਾਗ, ਉਹਦੇ ਵਿੱਚ 35 ਪੋਸਟਾਂ ਕੱਢੀਆਂ ਈ ਟੀ ਓ ਦੇ ਵਿੱਚ, ਜਿਹੜਾ ਬੈਕਲੋਗ ਪਿਆ ਸੀ 2010 ਤੋਂ ਲੈ ਕੇ 2022 ਤੱਕ, ਅਤੇ ਅੱਜ ਉਹਦੇ ਵਿੱਚ ਇੱਕ ਵੀ ਦਲਿਤ ਭਾਈਚਾਰੇ ਦਾ ਬੰਦਾ ਭਰਤੀ ਨਹੀਂ ਕੀਤਾ। ਫਿਰ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ 24 ਜਿਹੜੇ ਪੀ ਸੀ ਐੱਸ ਅਧਿਕਾਰੀ ਸੀ, ਆਈ ਪੀ ਐੱਸ ਬਣਾਏ, ਉਹਨਾਂ ਨੂੰ ਤਰੱਕੀ ਦਿੱਤੀ ਹੈ, ਉਹਦੇ ਵਿੱਚ ਇੱਕ ਵੀ ਦਲਿਤ ਭਾਈਚਾਰੇ ਦੇ ਬੰਦੇ ਨੂੰ ਉੱਨਤੀ ਨਹੀਂ ਦਿੱਤੀ, ਕੋਈ ਇੱਕ ਦਲਿਤ ਭਾਈਚਾਰੇ ਦਾ ਬੰਦਾ ਉਹਦੇ ਵਿੱਚ ਨਹੀਂ ਹੈ। ਐਡਾ ਵੱਡਾ ਧੱਕਾ ਤੇ ਤੁਸੀਂ ਬਜਟ ਦੇ ਵਿੱਚ ਕਹਿ ਰਹੇ ਹੋ ਅਸੀਂ ਦਲਿਤ ਭਾਈਚਾਰੇ ਦੇ ਲੋਕਾਂ ਲਈ ਬਹੁਤ ਕੁਛ ਕਰਤਾ, ਅਸੀਂ ਉਹਨਾਂ ਨੂੰ ਪੈਨਸ਼ਨਾਂ ਲਈਆਂ, ਅਸੀਂ ਉਹਨਾਂ ਦੀਆਂ ਕੁੜੀਆਂ ਨੂੰ 51,000 ਸੈਕਿੰਡ ਸਕੀਮ ਦੇ ਰਹੇ ਹਾਂ, ਸਰਾਸਰ ਧੋਖਾ ਦੇ ਰਹੇ ਹਾਂ ਲੋਕਾਂ ਨੂੰ, ਹੋਰ ਕੁਛ ਨਹੀਂ। ਰੂਪੀ ਜੀ, ਇਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਪਰ ਹੁਣ MLA ਵਿਧਾਇਕਾਂ ਦੇ ਤੇ ਬੱਚਿਆਂ ਨੂੰ ਨੌਕਰੀ ਰਹਿ ਗਈ। ਇਹੀ ਤਾਂ ਗੱਲ ਹੈ, ਇਹੀ ਤਾਂ ਅਸੀਂ ਕਹਿ ਰਹੇ ਹਾਂ ਵੀ ਤੁਹਾਨੂੰ ਪਤਾ ਚੱਲ ਗਿਆ ਡਰਾਮੇ ਕੌਣ ਕਰ ਰਹੇ ਹੈ। ਪਹਿਲਾਂ ਬੇਅੰਤ ਸਿੰਘ ਦੇ ਪੋਤਰੇ ਨੂੰ ਉਹਨਾਂ ਨੇ DSP ਲਾਇਆ, ਹੁਣ 2 ਵਿਧਾਇਕਾਂ ਦੇ, ਇੱਕ ਦੇ ਮੁੰਡੇ ਨੂੰ DSP ਲਾਇਆ, ਤਹਿਸੀਲਦਾਰ ਲਾਇਆ, ਇੱਕ ਦੇ ਨੂੰ DSP ਲਾਇਆ ਇਹਨਾਂ ਨੇ, ਤੇ ਇਹਨਾਂ ਦੇ ਮੁੰਡੇ ਕੁੜੀਆਂ ਹੀ ਬਚ ਕੇ ਨੌਕਰੀਆਂ ਲਈ, ਆ ਜਿਹੜੇ ਆਮ ਲੋਕਾਂ ਦੇ ਧੀਆਂ ਪੁੱਤ ਫਿਰਦੇ ਇੰਨਾ ਪੜ੍ਹ ਲਿਖ ਕੇ, ਤੁਸੀਂ ਦੇਖੀ ਵੀ ਹੋਣੀ ਹੈ ਖਬਰ, MA BEd ਕਰਕੇ ਝੋਨਾ ਲਾਈ ਜਾਂਦੇ ਸੀਗੇ, ਇਹ ਕਈ ਪਿੰਡਾਂ ਦੀਆਂ ਖਬਰਾਂ, ਝੋਨਾ ਲਾ ਰਹੇ ਝੋਨਾ ਸਾਡੇ ਸਟੂਡੈਂਟ ਲੋਕ, ਤੇ ਇਹ ਦੇਖ ਲਓ ਇਹਨਾਂ ਨੂੰ ਅਸੀਂ ਬੈਠੇ ਬਿਠਾਏ, ਇਹ ਕਿਹੜਾ ਕੋਟਾ ਹੋ ਗਿਆ ਤੁਹਾਡਾ? ਕਹਿੰਦੇ ਜੀ ਅਸੀਂ ਆਪਦੇ ਕੋਟੇ 'ਚੋਂ ਦਿੱਤਾ। ਮਤਲਬ ਇੱਕ ਪੀੜ੍ਹੀ ਹੁੰਦੀ ਹੈ ਜਿਹੜੀ ਪ੍ਰਭਾਵਿਤ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ, 3 ਪੀੜ੍ਹੀਆਂ ਵੀ ਪ੍ਰਭਾਵਿਤ ਹੋਈ ਜਾਂਦੀਆਂ, ਤੁਸੀਂ ਆਪਦੇ ਦਮ 'ਤੇ ਕੁਛ ਨਹੀਂ ਕਰਨਾ। ਸਾਡੇ ਆਮ ਲੋਕਾਂ ਦਾ ਹੱਕ ਕਿਉਂ ਮਾਰਿਆ ਜਾ ਰਿਹਾ? ਆਹ ਬਠਿੰਡਾ ਥਰਮਲ ਪਲਾਂਟ ਬੰਦ ਕਰਤਾ, ਇੱਥੋਂ ਕਿੰਨੇ ਲੋਕ ਬੇਰੁਜ਼ਗਾਰ ਕਰਤੇ, ਕਿੰਨੇ ਤੁਸੀਂ ਕਹਿ ਰਹੇ ਹੋ ਅਸੀਂ ਆਹ ਸਰਕਾਰੀ ਸਕੂਲਾਂ 'ਚ, ਮੈਨੂੰ ਖੁਦ ਫੋਨ ਆਉਂਦੇ ਆ ਕਿ ਸਾਡੇ ਕੋਲ ਟੀਚਰ ਹੈ ਨਹੀਂ ਗੇ, ਭਰਤੀਆਂ ਇਹ ਨਹੀਂ ਕੱਢ ਰਹੇ, ਸਾਡੇ ਬੱਚੇ ਕਿੱਥੋਂ ਪੜ੍ਹਨਗੇ, ਟੀਚਰ ਹੀ ਹੈ ਨਹੀਂ ਸਕੂਲਾਂ ਦੇ ਵਿੱਚ, ਇਹ ਕਹਿੰਦੇ ਘਰ ਘਰ ਨੌਕਰੀ ਦੇਵਾਂਗੇ। ਅਸੀਂ ਰੋਜ਼ਗਾਰ ਮੇਲੇ ਲਾਉਂਦੇ ਹਾਂ, ਜਦੋਂ ਮੈਂ ਸਟੂਡੈਂਟ ਸੀ ਨਾ ਉਦੋਂ ਵੀ ਯੂਨੀਵਰਸਿਟੀਆਂ ਦੇ ਵਿੱਚ ਰੋਜ਼ਗਾਰ ਮੇਲੇ ਲੱਗਦੇ ਰਹੇ, ਉਹ ਇਹ ਨਹੀਂ ਲਾਉਂਦੇ, ਉਹ ਪ੍ਰਾਈਵੇਟ ਕੰਪਨੀਆਂ ਲਾਉਂਦੀਆਂ, ਅਤੇ ਉਹ ਵੀ 1-2 ਸਾਲ ਨੌਕਰੀ ਦਿੰਦੀਆਂ, 7-8 ਹਜ਼ਾਰ ਅਤੇ ਉਦੋਂ ਬਾਅਦ ਉਹ ਵੀ ਕੱਢ ਦਿੰਦੇ ਆ। ਐਵੇਂ ਧੋਖਾ ਕਰੀ ਜਾਂਦੇ ਤੁਸੀਂ ਲੋਕਾਂ ਨਾਲ, ਕੀ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਹੋਇਆ? ਕੋਈ ਇਹਨਾਂ ਨੇ ਨੌਕਰੀ ਨਹੀਂ ਦਿੱਤੀ, ਆਪਦਿਆਂ ਨੂੰ ਰਜਾਈ ਜਾਂਦੇ, ਆਪਦਿਆਂ ਨੂੰ ਦੇਈ ਜਾਂਦੇ ਆ, ਕਹਿੰਦੇ ਸਾਡਾ ਕੋਟਾ, ਕੋਟਾ ਇੱਕ ਪੀੜ੍ਹੀ ਪ੍ਰਭਾਵਿਤ ਹੁੰਦੀ, ਚਲੋ ਠੀਕ ਆ ਉਹਨਾਂ ਨਾਲ ਕੁਛ ਹੋ ਗਿਆ ਸੀਗਾ, ਤੀਜੀ ਪੀੜ੍ਹੀ ਨੂੰ ਵੀ ਦੇਈ ਜਾਣਾ, ਚੌਥੀ ਪੀੜ੍ਹੀ ਨੂੰ ਵੀ ਦੇਈ ਜਾਣਾ, ਇਹ ਕਿੱਥੋਂ ਦਾ ਇਨਸਾਫ ਹੈ? ਆਮ ਲੋਕ ਸਾਡੇ ਝੋਨਾ ਲਾਈ ਜਾਂਦੇ ਆ। ਸੋ ਸਰਾਸਰ ਧੋਖਾ ਕੀਤਾ ਆਮ ਆਦਮੀ ਪਾਰਟੀ, ਸਿਰਫ ਹਮੇਸ਼ਾ ਸੰਘਰਸ਼ ਕਰਦੀ ਸੀ, ਕਰਦੀ ਰਹੂਗੀ। ਬਠਿੰਡਾ ਤੋਂ ਸੁਖਮੰਦਰ ਸਿੰਘ ਦੀ ਰਿਪੋਰਟ।